ਦੇਖੋ ਜੀ, ਸਾਡੇ ਘਰ ਆ ਕੇ ਸਾਡੇ ਫਾਦਰ ਸਾਹਿਬ ਅਤੇ ਬ੍ਰਦਰ ਨੂੰ ਮਾਰ ਕੇ ਗਏ ਆ। ਨਾਲ ਦਾ ਹੀ ਘਰ ਆ, ਅਤੇ ਸਾਡੇ ਚਾਚਾ ਜੀ ਦਾ ਬੇਟਾ ਆ ਬਲਵਿੰਦਰ ਸਿੰਘ, ਅਤੇ ਫਾਦਰ ਜੀ ਮੇਰੇ ਇੱਥੇ ਇਸ਼ਨਾਨ ਕਰਦੇ ਸੀ, ਸਵੇਰੇ ਆ ਕੇ ਉਹਨਾਂ ਨੂੰ ਪਿੱਛੋਂ ਹੀ ਬਾਹਰ ਕਰਕੇ ਮਾਰ ਕੇ ਚਲੇ ਗਏ ਆ। ਅਤੇ ਹੁਣ ਆਪ ਪਤਾ ਨਹੀਂ ਹੈ ਕਿੱਥੇ ਹੈ ਕਿੱਥੇ ਨਹੀਂ, ਲੋਅਰ ਲੈਂਦਾ ਪਤਾ ਨਹੀਂ ਹੈਗਾ, ਅਤੇ ਨਾ ਹਥਿਆਰ ਮਿਲਦਾ ਹੈ ਜਿਹਦੇ ਨਾਲ ਮਾਰ ਕੇ ਗਿਆ ਆ। ਅਤੇ ਹੁਣ ਇਸ ਟਾਈਮ 'ਤੇ ਬ੍ਰਦਰ ਵੀ ਹੋਸਪਿਟਲ ਆ, ਅਤੇ ਫਾਦਰ ਵੀ, ਉਹਨਾਂ ਦਾ ਕੋਈ ਪਤਾ ਨਹੀਂ ਹਲੇ, ਕਾਰਨ ਜੀ ਪਤਾ ਨਹੀਂ ਉਹ ਕੀ ਆ, ਹੁਣ ਹਜੇ ਪਤਾ ਲੱਗੂਗਾ ਕਾਰਨ ਦਾ ਤਾਂ। ਨਹੀਂ ਨਹੀਂ ਕੋਈ ਨਹੀਂ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ, ਕੋਈ ਨਹੀਂ ਹੈਗੀ। ਉਹਨਾਂ ਦੀ ਹੈਗੀ ਆ 60-65 ਏਜ ਹੈਗੀ ਆ, ਅਤੇ ਬ੍ਰਦਰ ਦੀ 35 ਸਾਲ ਦੀ ਆ। ਕਿੰਨਾ ਸਵੇਰੇ ਆ 3-4 ਵਿੱਚ ਦਾ ਟਾਈਮ ਆ। ਹਾਂਜੀ ਉਹ ਵੀ ਦਾਖਲ ਹੈ, ਤਾਂ ਠੀਕ ਆ। ਹੁਣ ਅਸੀਂ ਤਾਂ ਹਲੇ ਗਏ ਨਹੀਂ ਗਏ ਦੇਖਣ, ਤਾਂ ਕਹਿ ਰਹੇ ਆ ਵੀ ਪਤਾ ਨਹੀਂ ਹਲੇ ਹਾਲਤ ਕਿੱਦਾਂ ਦੀ ਉਹਨਾਂ ਦੀ, ਠੀਕ ਆ ਜਾਂ ਨਹੀਂ ਕੋਈ ਪਤਾ ਨਹੀਂ ਹਲੇ। ਕੀ ਆ ਉਹ ਪਏ ਆ ਮੰਜੇ 'ਤੇ, ਹੁਣ ਉਹਨਾਂ ਨੂੰ ਵੀ ਨਹੀਂ ਛੱਡ ਕੇ ਜਾ ਸਕਦੇ। ਹਾਂਜੀ ਉਹ ਤਾਂ ਆ ਰਹੀ ਆ, ਆਪਣੀ ਕਾਰਵਾਈ ਕਰੀ ਜਾਂਦੇ ਆ, ਪਤਾ ਨਹੀਂ ਹੁਣ ਇਹ ਤਾਂ ਉਹਨਾਂ ਨੂੰ ਪੁੱਛ ਕੇ ਪਤਾ ਲੱਗੂਗਾ ਕੀ ਆ, ਉਹਨਾਂ ਨੇ ਕੀਤਾ ਕਿ ਨਹੀਂ ਕੀਤਾ ਹਲੇ ਅਰੈਸਟ। ਅਤੇ ਪਤਾ ਲੱਗਦਾ ਵੀ ਮੁੰਡਾ ਜਿਹਨੇ ਮਾਰਿਆ ਸੀ ਉਹ ਤਾਂ ਇੱਥੇ ਹੈ ਨਹੀਂ ਗਾ, ਵੀ ਭੱਜ ਗਿਆ ਆ ਕਿਤੇ ਫਰਾ ਰਹੀ ਆ, ਵੀ ਉਹਨੂੰ ਦੇਖ ਰਹੇ ਆ, ਭਾਲ ਕਰ ਰਹੇ ਆ ਵੀ ਉਹ ਕਿੱਥੇ ਹੈ ਕਿੱਥੇ ਨਹੀਂ। ਪ੍ਰਸ਼ਾਸਨ ਹੁਣ ਸਭ ਨੂੰ ਪਤਾ ਹੀ ਆ ਵੀ ਇਹਦਾ ਕੀ ਆ ਹੱਲ, ਇਹਦਾ ਵੀ ਜੋ ਵੀ ਹੈਗਾ ਇਹਦਾ ਸਾਨੂੰ ਮਿਲਣਾ ਚਾਹੀਦਾ, ਇਨਸਾਫ ਹੀ ਚਾਹੀਦਾ ਆ। ਗਲਤ ਕੰਮ ਆ ਜੋ ਗਲਤ ਆ ਉਹ ਗਲਤ ਹੀ ਆ, ਗਲਤ ਵਾਲੇ ਨੂੰ ਸਜ਼ਾ ਵੀ ਚਾਹੀਦੀ ਆ, ਬਾਕੀ ਇਨਸਾਫ ਤਾਂ ਇਹੀ ਆ ਜੀ, ਜਿਹੜੇ ਗਲਤ ਆ ਤਾਂ ਉਹਨੂੰ ਸਜ਼ਾ ਦਿਓ ਜੋ ਵੀ ਹੈਗੀ ਆ, ਅਰੈਸਟ ਕਰਨਾ ਚਾਹੀਦਾ। ਸਾਨੂੰ ਪਤਾ ਨਹੀਂ ਲੱਗਿਆ, ਤੁਹਾਨੂੰ ਇਸ਼ਨਾਨ ਕਰਦੇ ਸੀਗੇ, ਇਸ਼ਨਾਨ ਕਰਦਿਆਂ ਨੂੰ ਆ ਕੇ ਪਿੱਛੋਂ ਦਵਾਇਆ ਉਹਨੇ, ਉਹ ਤਾਂ ਚਾਰ ਵਾਰੀ ਉਹਨੂੰ ਬਸ ਇਹੋ ਹੀ ਦੁਹਾਈ ਪਾਈ ਆ, ਮਾਰ ਲਿਆ ਉਹ ਮੈਨੂੰ ਮਾਰ ਦਿੱਤਾ, ਉਹ ਮਾਰ ਦਿੱਤਾ, ਜਾਨੂੰ ਅਸੀਂ ਨੱਠੇ ਗਏ, ਹਾਏ ਉਹ ਇੱਧਰਲੇ ਪਾਸੇ ਪਿਆ ਸੀਗਾ ਫਿਰ ਬਲਵਿੰਦਰ ਨੇ। ਆ ਜ਼ਮੀਨਾਂ ਦਾ ਝਗੜਾ ਚੱਲਦਾ ਸੀਗਾ ਅੱਗੇ, ਹੁਣ ਅੱਜ ਕੱਲ੍ਹ ਵਿੱਚ ਕੋਈ ਨਹੀਂ ਗੱਲਬਾਤ ਹੋਈ, ਸਾਨੂੰ ਪਤਾ ਨਹੀਂ ਲੱਗਿਆ ਵੀ ਉਹਦੇ ਮਨ 'ਚ ਕੀ ਆਈ ਹੋਊਗੀ ਕੀ ਨਹੀਂ, ਆ ਕੇ ਬਸ ਆਹ ਕੰਮ ਕਰ ਗਿਆ। ਸਰਕਾਰ ਨੂੰ ਹੁਣ ਨਿਆਂ ਕਰਨਾ ਹੀ ਚਾਹੀਦਾ, ਜੋ ਕੁਛ ਹੁਣ ਉਹਨਾਂ ਨੇ ਕੀਤਾ ਆ ਇਹਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ, ਕਰਨੀ ਦੀ ਭਰਨੀਆਂ 'ਚ ਪੈਣੀਆਂ ਹੁਣ ਉਹਨਾਂ ਨੂੰ, ਜਿੰਨਾ ਸਾਨੂੰ ਉਹਨਾਂ ਨੇ ਦੁਖੀ ਕੀਤਾ, ਨਿੱਕੇ ਨਿੱਕਿਆਂ ਨੂੰ ਪਾਲਿਆ, ਮੇਰਾ ਘਰ ਵਾਲਾ ਬਚਪਨ ਤੋਂ ਇਹਨਾਂ ਦੇ ਜਿੱਦਾਂ ਕਹਿੰਦੇ ਹੁੰਦੇ ਲੇਖੇ ਦਿੰਦਾ ਸੀਗਾ, ਇਹਨਾਂ ਨੂੰ ਛੋਟੇ ਛੋਟਿਆਂ ਨੂੰ ਪਾਲਿਆ, ਸਹੁਰਾ ਸਾਡਾ ਮੁੱਕ ਗਿਆ ਸੀਗਾ, ਇਹਨੇ ਸਾਰੀ ਕਬੀਲਦਾਰੀ ਚੱਕੀ ਆ, ਇਹਨਾਂ ਸਾਰਿਆਂ ਨੇ ਇਹਨਾਂ ਦੇ ਵਿਆਹ ਵੀ ਇਹਨਾਂ ਦੇ ਨਹੀਂ ਕੀਤੇ ਮੇਰੇ ਦੇਰ ਦਾਤਾ ਨਣਦਾਂ ਦੇ, ਹਾਏ ਅੱਜ ਇਹਨਾਂ ਨੇ ਮੈਨੂੰ ਆਹ ਕੰਮ ਦਿਖਾ ਲਏ ਆ, ਉਹ ਮੈਂ ਆ ਕੇ ਇਹਨਾਂ ਦੇ ਕੰਮ ਕੀਤੇ ਇੱਦਾਂ ਦੇ, ਹਾਏ ਹਾਂਜੀ ਮੇਰਾ ਨਾਂ ਤਰਸੇਮ ਸਿੰਘ ਹੈ ਜੀ। ਮੇਰਾ ਸਰ ਸਵੇਰੇ 4 ਵਜੇ ਜੀ ਸਾਡੇ ਸ਼ਰੀਕੇ ਵਿੱਚੋਂ ਜੀ ਬਲਵੀਰ ਸਿੰਘ, ਸਾਨੂੰ ਮਲਕੀਤ ਸਿੰਘ, ਬਲਵਿੰਦਰ ਸਿੰਘ ਅਤੇ ਅਮਰੀਕ ਸਿੰਘ, ਇਹ ਬਲਵੀਰ ਸਿੰਘ ਦੇ ਬੇਟੇ ਆ ਜੀ, ਇਹਨਾਂ ਤਿੰਨਾਂ ਬੰਦਿਆਂ ਨੇ ਮੇਰੇ ਫਾਦਰ ਸਾਹਿਬ 'ਤੇ ਅਟੈਕ ਕਰ ਦਿੱਤਾ ਜੀ, ਤੇਜ਼ਧਾਰ ਹਥਿਆਰ ਲੈ ਕੇ ਜੀ। ਸਰ ਸਵੇਰੇ 4 ਵਜੇ ਤੜਕੇ ਜੀ, ਉਹ ਤੜਕੇ ਡੇਲੀ ਉੱਠਦੇ, ਰੂਟੀਨ ਅੰਮ੍ਰਿਤਧਾਰੀ ਆ ਜੀ, ਅੰਮ੍ਰਿਤ ਛਕਿਆ ਹੋਇਆ ਉਹਨਾਂ ਨੇ, ਬਸ ਪਤਾ ਹੀ ਨਹੀਂ ਲੱਗਾ ਜੀ, ਉਹਨਾਂ ਨੂੰ ਵੀ ਨਹੀਂ ਪਤਾ ਲੱਗਾ, ਮੈਂ ਵੀ ਆਵਾਜ਼ ਸੁਣੀ ਜੀ, ਮੈਂ ਪਿੱਛੋਂ ਬਾਹਰੋਂ ਫਟਾਫਟ ਕਮਰੇ 'ਚੋਂ ਨਿਕਲ ਗਿਆ ਜਦੋਂ ਆਵਾਜ਼ ਸੁਣੀ ਮੈਂ ਜੀ, ਤਾਂ ਜਾਂਦਿਆਂ ਨੂੰ ਉਹਨੇ ਮੇਰੇ 'ਤੇ ਹਮਲਾ ਕਰ ਦਿੱਤਾ ਜੀ, ਤਿੰਨਾਂ ਕੋਲ ਹਥਿਆਰ ਸੀਗੇ ਜੀ, ਤੇਜ਼ਧਾਰ ਦਾਤ ਸੀਗੇ ਜੀ, ਆਹ ਸਾਡੇ ਮੇਰੇ ਸਿਰ 'ਚ ਵੀ ਸੱਟਾਂ ਲੱਗੀਆਂ ਜੀ ਹੱਥਾਂ 'ਤੇ, ਅਤੇ ਫਾਦਰ ਸਾਹਿਬ ਤਾਂ ਮੇਰੇ ਐਕਸਪਾਇਰ ਹੀ ਹੋ ਗਏ ਜੀ। ਸਰ ਮਾੜਾ ਮੋਟਾ ਜ਼ਮੀਨੀ ਵਿਵਾਦ ਸੀਗਾ ਜੀ, ਉਹਦਾ ਵੀ ਕੋਰਟ ਵਿੱਚ ਕੇਸ ਚੱਲਦਾ ਸੀਗਾ ਜੀ, ਅਸੀਂ ਤਾਂ ਉਹਦੀ ਵੇਟ ਕਰਦੇ ਸੀਗੇ ਜੀ ਵੀ ਕਦੋਂ ਆਰਡਰ ਆਉਣ 'ਤੇ ਇੱਥੇ ਮਿਣਤੀ ਗਿਣਤੀ ਹੋ ਜਾਵੇ, ਚਲੋ ਇਹ ਵੀ ਮਾਮਲਾ ਸੁਲਝ ਜਾਊਗਾ ਜੀ, ਪਰ ਇਹਨੇ ਪਤਾ ਨਹੀਂ ਕੀ ਪਲੈਨਿੰਗ ਬਣਾਈ ਜੀ, ਕੀ ਇਹਨਾਂ ਦੇ ਮਨ 'ਚ ਸੀਗਾ ਜੀ, ਰਾਤ ਸਰ ਇਹਨਾਂ ਦਾ ਮੋਟਰਸਾਈਕਲ ਬਾਹਰ ਖੜ੍ਹਾ ਸੀਗਾ ਜੀ, ਮੈਂ ਟਰਾਲੀ ਲੈ ਕੇ ਆਇਆ ਸੀ ਰਾਤੀ ਗੰਨਾ ਲੱਗਦੇ ਉਹਨਾਂ ਨੂੰ, ਮੈਨੂੰ ਨਹੀਂ ਰਹੋ ਗਿਆ ਜੀ, ਟਰਾਲੀ ਵੀ ਉੱਥੇ ਪਿੰਡ ਹੀ ਖੜ੍ਹੀ ਆ ਜੀ, ਮੈਨੂੰ ਮਾੜਾ ਮੋਟਾ ਜਿਹਾ ਤਾਂ ਹੋਇਆ ਸੀਗਾ, ਪਰ ਮੇਰਾ ਐਡਾ ਮੈਂ ਗੱਲ ਨਹੀਂ ਗੋਲੀ, ਮੈਂ ਚਲੋ ਉਹਨਾਂ ਦੇ ਘਰ ਮੂਹਰੇ ਬਾਹਰ ਹੀ ਖੜ੍ਹਾ ਜੀ, ਬੰਦੇ ਨੇ ਲਾ ਦਿੱਤਾ ਹੋਊਗਾ, ਪਰ ਇਹ ਤਾਂ ਸਵੇਰੇ ਅਚਨਚੇ ਤੇ ਜਾਣ ਕੇ ਹੋ ਗਿਆ ਜੀ, ਹੱਥਾਂ ਪੈਰਾਂ ਦੀ ਪੈ ਗਈ ਇੱਕਦਮ, ਪਤਾ ਹੀ ਨਹੀਂ ਲੱਗਾ ਜੀ ਕੀ ਹੋਇਆ ਕੀ ਨਹੀਂ, ਬਸ ਮੇਰੇ ਸਾਹਮਣੇ ਫਾਦਰ ਸਾਹਿਬ ਦੇ ਸੱਟਾਂ ਮਾਰਦੀਆਂ, ਮੈਂ ਛਡਾਉਣ ਗਿਆ ਜੀ, ਪਿੱਛੇ ਮੇਰੇ 'ਤੇ ਹਮਲਾ ਕਰ ਦਿੱਤਾ ਜੀ ਤਿੰਨਾਂ ਜਣਿਆਂ ਨੇ ਇਹਨਾਂ ਨੇ,
ਮੈਂ ਵੀ ਮਸੀਹ ਜਾਨ ਬਚਾਈ ਜੀ। ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ, ਇਹਨਾਂ ਤਿੰਨਾਂ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ ਜੀ। ਸਿੱਧੇ ਘਰ ਜਾਣ ਬੜੇ ਜੀ, ਹੁਣ ਘਰ ਵੀ ਨਹੀਂ ਸੇਫਟੀ ਦਾ, ਦੱਸੋ ਕਿੱਥੇ ਸੇਫਟੀ ਆ ਜੀ, ਕਿੱਥੇ ਜਾਈਏ। ਕਤਲਕਾਂਡ ਦੇ ਵਿੱਚ ਹੁਣ ਤੱਕ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਅਤੇ ਤੀਜਾ ਦੋਸ਼ੀ ਬਲਵਿੰਦਰ ਸਿੰਘ ਉਹ ਅਜੇ ਸਾਡੀ ਗ੍ਰਿਫਤ ਤੋਂ ਬਾਹਰ ਹੈ ਅਤੇ ਅਸੀਂ ਉਸਦੀ ਗ੍ਰਿਫਤਾਰੀ ਕਰਨ ਲਈ ਟੀਮਾਂ ਬਣਾਈਆਂ ਨੇ ਸਪੈਸ਼ਲ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਜਿਹੜਾ ਕਤਲ ਹੈ ਕਿਸ ਤਰ੍ਹਾਂ ਹੋਇਆ, ਇਹਦੇ ਕਾਰਨ? ਇਹ ਕਤਲ ਬੇਸਿਕਲੀ ਜ਼ਮੀਨੀ ਜਾਇਦਾਦ ਦਾ ਆਪਸੀ ਇਹਦਾ ਕਾਫੀ ਲੰਬੇ ਸਮੇਂ ਤੋਂ ਮਸਲਾ ਚੱਲਿਆ ਆ ਰਿਹਾ ਸੀ, ਜਿਸ ਕਾਰਨ ਆਪਸੀ ਦੋਨਾਂ ਪਰਿਵਾਰਾਂ ਦੇ ਵਿੱਚ ਤਕਰਾਰਬਾਜ਼ੀ ਰਹਿੰਦੀ ਸੀ ਅਤੇ ਕੁਛ ਟਾਈਮ ਕੁਛ ਸਾਲ ਪਹਿਲਾਂ ਵੀ ਇਹਨਾਂ ਵਿੱਚ ਆਪਸੀ ਹੱਥੋਂ ਪਾਈ ਦੇ ਜਿਹੜੇ ਚਾਂਸਿਸ ਹੋਏ ਨੇ। ਉਸ ਤੋਂ ਬਾਅਦ ਪੰਚਾਇਤੀ ਤੌਰ 'ਤੇ ਇਹਨਾਂ ਦਾ ਆਪਸ ਵਿੱਚ ਰਾਜ਼ੀਨਾਮਾ ਅਤੇ ਗੱਲਬਾਤ ਹੋ ਗਏ ਨੇ ਬੜੇ ਹੁੰਦੇ ਸੀ, ਅਤੇ ਹੁਣ ਵੀ ਆਪਸੀ ਇਹਨਾਂ ਦਾ ਜ਼ਮੀਨੀ ਜਾਇਦਾਦ ਦਾ ਹੀ ਝਗੜਾ ਸੀ। ਇਸ ਤੋਂ ਇਲਾਵਾ ਕੋਈ ਹੋਰ ਅਜੇ ਤੱਕ ਤਫਤੀਸ਼ ਦੇ ਦੌਰਾਨ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਕਿ ਹੋਰ ਕੋਈ ਕਾਰਨ ਹੈ ਜਿਸ ਕਾਰਨ ਇਹ ਕਤਲ ਹੋਇਆ।